ਜੇ ਪੰਜਾਬ ਨੂੰ ਅਸੀਂ ਪਰਫੁੱਲਕ ਕਰਨਾ ਹੈ ਪੰਜਾਬ ਨੂੰ ਡਿਵੈਲਪਮੈਂਟ ਦੇ ਲੀਏ ਤੇ ਲੈ ਕੇ ਆਉਣਾ ਹੈ ਤੇ ਫਿਰ ਸਾਨੂੰ ਇੱਥੇ ਵੀ ਇਹ ਜਿਹੜਾ ਲਾਜ਼ਮੀ ਜਿਹੜੀ ਇਹ ਬੀਜੇਪੀ ਦੀ ਸਰਕਾਰ ਚਾਹੀਦੀ ਹੈ ਸੋ ਇਹਦਾ ਟ੍ਰੈਂਡ ਤੁਹਾਨੂੰ ਆਪ ਭਾਈ ਇਲੈਕਸ਼ਨ ਤੋਂ ਬਾਅਦ 24 ਦੇ ਵਿੱਚ ਕਾਫੀ ਕਲੀਅਰ ਹੋ ਜਾਊਗਾ ਕਿ ਜਿਹੜੀ 2027 ਦੇ ਵਿੱਚ ਪੰਜਾਬ ਕਿਹੜੇ ਵੱਲ ਜਾਏਗਾ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਇਹ ਹਮੇਸ਼ਾ ਆਪਸ ਚ ਕੰਪੀਟੀਸ਼ਨ ਤੇ ਰਹੇ ਨੇ ਭਾਰਤੀ ਜਨਤਾ ਪਾਰਟੀ ਕਰ ਰਬ ਡਰੱਗਸ ਵਿੱਚ ਰਵਲੇ ਜਾਂ ਜਿਹੜਾ ਕੋਈ ਗਲਤ ਕੰਮ ਪੇਸ਼ਾ ਕਰਦਾ ਹੋਵੇ ਉਸ ਤੋਂ ਕੋਸਾ ਦੂਰ ਰਹਿਦੀ ਹੈ ਜਿਹੜਾ ਕੋਈ ਗਲਤੀ ਨਾਲ ਜੇ ਆ ਵੀ ਗਿਆ ਹੋਵੇ ਤੇ ਪਾਰਟੀ ਨੇ ਉਹਨੂੰ ਆਪਣੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਕਦੀ ਵੀ ਏਦਾਂ ਮੈਂ ਸਮਝਦਾ ਡਰੱਗ ਡੀਲਰਸ ਜਾਂ ਇਹਨਾਂ ਨੂੰ ਕਦੀ ਐਕਸੈਪਟ ਨਹੀਂ ਕਰੇਗੀ ਜਿਵੇਂ ਚੋਣਾਂ ਨੂੰ ਲੈ ਕੇ ਚਾਰੋਂ ਹੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਚਾਰੋਂ ਹੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਤਾਨ ਵਾਸਤੇ ਲਗਾਤਾਰ ਡੋਰ ਟੂ ਡੋਰ ਕੀਤਾ ਜਾ ਰਹੇ ਨੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਇਸੇ ਉੱਤੇ ਗੱਲਬਾਤ ਕਰਨ ਲਈ ਸੱਦਨਾ ਮੌਜੂਦ ਹੈ ਬੀਜੇਪੀ ਦੇ ਸੀਨੀਅਰ ਲੀਡਰ ਫਤੇ ਜੰਗ ਸਿੰਘ ਬਾਜਬਾ ਮੀਤ ਪ੍ਰਧਾਨ ਨੇ ਗੱਲਬਾਤ ਕਰਨ ਲਈ ਬਾਜਬਾ ਸਾਹਿਬ ਅੱਜ ਮੀਟਿੰਗ ਵੀ ਕੀਤੀ ਗਈ ਕਿਸ ਮੁੱਦਿਆਂ ਨੂੰ ਲੈ ਕੇ ਪਹਿਲਾਂ ਮੀਟਿੰਗ ਕੀਤੀ ਗਈ ਦੇਖੋ ਪਾਰਟੀ ਦਾ ਮੁੱਦਾ ਬੇਸਿਕਲੀ ਸਾਡਾ ਕੈਂਡੀਡੇਟ ਅੱਜ ਸਵੇਰੇ ਅਨਾਊਂਸ ਹੋਇਆ ਸੋ ਕੈਂਡੀਡੇਟ ਦੇ ਨਾਲ ਕੈਂਡੀਡੇਟ ਨੇ ਆਣਾ ਹੈ ਕਿਉਂਕਿ ਨਵੇਂ ਪਾਰਟੀ ਚਾਏ ਆ ਉਹਨਾਂ ਨੇ ਇਸ ਪਾਰਟੀ ਦੇ ਲੋਕਾਂ ਨੂੰ ਮਿਲਣਾ ਫਿਰ ਕਾਗਜ਼ ਕਿਤੇ ਭਰਨੇ ਨੇ ਸਾਰਾ ਕੁਝ ਇਹ ਸਾਰਾ ਸਿਲਸਿਲਾ ਔਰ ਡਿਊਟੀਆਂ ਲਗੀਆਂ ਨੇ ਵੀ ਕਿਹੜੇ ਕਿਹੜੇ ਜਿਹੜੇ ਲੀਡਰ ਸਾਹਿਬਾਨ ਨੇ ਕਿੰਨੇ ਕਿੰਨੇ ਉਹਨਾਂ ਨੂੰ ਹਲਕੇ ਦਿੱਤੇ ਜਾ ਰਹੇ ਨੇ ਅਲੱਗ-ਅਲੱਗ ਡਿਊਟੀਆਂ ਨੇ ਉਹ ਡਿਊਟੀਆਂ ਇਸ ਵੰਡੀਆਂ ਗਈਆਂ ਨੇ ਜਿਦਾ ਮੇਰਾ ਬਟਾਲੇ ਤੋਂ ਸਾਡੇ ਜ਼ਿਲ੍ਹੇ ਦੇ ਜਿਹੜੀ ਸਾਰੀ ਟੀਮ ਹੈ ਉਹਨਾਂ ਨੂੰ ਅਲੱਗ-ਅਲੱਗ ਜਿਹਦਾ ਵੈਸਟੀ ਡਿਊਟੀ ਦਿੱਤੀ ਮੈਨੂੰ ਕੈਂਟ ਦੀ ਡਿਊਟੀ ਦੇਤੀ ਹੈ ਸੋ ਅਸੀਂ ਆਪਣੀ ਪਾਰਟੀ ਲਈ ਸਾਡਾ ਮੋਟਾ ਜਿਹਾ ਟਾਰਗੇਟ ਹੈ ਵੀ ਅਸੀਂ 4 ਲੱਖ ਵੋਟ ਇਸ ਜਿਹੜੀ ਚੋਣ ਦੇ ਵਿੱਚ ਲੈਣੀ ਹੈ ਜਿਹੜੀ ਪਿਛਲੀ 22 ਦੀ ਇਲੈਕਸ਼ਨ ਗਈ ਉਹਦੇ ਵਿੱਚ ਸਾਨੂੰ 1 ਲੱਖ 30 ਹਜ਼ਾਰ ਵੋਟ ਬਿਲੀ ਸੀ ਸਾਰੇ ਨੋ ਕੰਸਟੀਚਨਸੀਆਂ ਤੋਂ ਉਹਨੂੰ ਟਾਰਗੇਟ ਨੂੰ 2 ਲੱਖ 70 ਹਜ਼ਾਰ ਵਧਾਣਾ ਹੈ ਉਹ ਕਿੱਦਾਂ ਹੋਣਾ ਹੈ ਉਹਦੇ ਤੇ ਹੀ ਅਸੀਂ ਆਪਣਾ ਤਾਲਮੇਲ ਔਰ ਆਪਣੀ ਰਣਨੀਤੀ ਬਣਾ ਰਹੇ ਹਾਂ ਚਲੋ ਟਾਰਗੇਟ ਸੇ ਹਮੇਸ਼ਾ ਫਿਕਸ ਹੁੰਦੇ ਨੇ ਇਹ ਪਾਰਟੀ ਦੀ ਲੀਡਰਸ਼ਿਪ ਔਰ ਖਾਸ ਕਰਕੇ ਪਾਰਟੀ ਦਾ ਕਾਰਜਕਰਤਾ ਇਹਨਾਂ ਤੇ ਡਿਪੈਂਡ ਕਰੇਗਾ ਵੀ ਇਹ ਪਾਰਟੀ ਲਈ ਕਿੰਨਾ ਕੁ ਮਿਹਨਤ ਨਾਲ ਕੰਮ ਕਰ ਸਕਦੇ ਆ ਲੋਕਾਂ ਦੀ ਅੱਜ ਪੰਜਾਬ ਵਿੱਚ ਇੱਕ ਪਰਸੈਪਸ਼ਨ ਬਣਦੀ ਹੈ ਵੀ ਲੋਕ ਭਾਰਤੀ ਜਨਤਾ ਪਾਰਟੀ ਨੂੰ ਇੱਕ ਮੌਕਾ ਦੇਣਾ ਚਾਹੁੰਦੇ ਨੇ ਕਿਉਂਕਿ ਹਰ ਕੋਈ ਸੋਚਦਾ ਵੀ ਡਬਲ ਇੰਜਨ ਦੀ ਸਰਕਾਰ ਜਿਹੜੀ ਹੈ ਇਹ ਸੈਂਟਰ ਵਿੱਚ ਇਹਨਾਂ ਦੀ ਸਰਕਾਰ ਹੈ ਜੇ ਪੰਜਾਬ ਨੂੰ ਅਸੀਂ ਪਰ ਫੁੱਲਤ ਕਰਨਾ ਹੈ ਪੰਜਾਬ ਨੂੰ ਡਿਵੈਲਪਮੈਂਟ ਦੇ ਲੀਏ ਤੇ ਲੈ ਕੇ ਆਣਾ ਤੇ ਫਿਰ ਸਾਨੂੰ ਇੱਥੇ ਵੀ ਜਿਹੜਾ ਲਾਜ਼ਮੀ ਜਿਹੜੀ ਹੈ ਭਾਜਪਾ ਦੀ ਸਰਕਾਰ ਚਾਹੀਦੀ ਹੈ ਸੋ ਇਹਦਾ ਟ੍ਰੈਂਡ ਤੁਹਾਨੂੰ ਆਹ ਬਾਈ ਇਲੈਕਸ਼ਨ ਤੋਂ ਬਾਅਦ 24 ਦੇ ਵਿੱਚ ਕਾਫੀ ਕਲੀਅਰ ਹੋ ਜਾਊਗਾ ਵੀ ਜਿਹੜੀ 2027 ਦੇ ਵਿੱਚ ਪੰਜਾਬ ਕਿਹੜੇ ਬੰਨੇ ਜਾਏਗਾ ਦੇਖੋ ਇੱਕ ਗੱਲ ਪੱਕੀ ਹੈ ਵੀ ਪਿੰਡਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ ਕਿਸਾਨੀ ਦੇ ਵਿੱਚ ਪੰਜਾਬ ਦੇ ਜਿਹੜੇ ਰੂਰਲ ਇਲਾਕੇ ਨੇ ਉਹਨਾਂ ਵਿੱਚ ਅਜੇ ਭਾਜਪਾ ਦੀ ਜਿਹੜੀ ਪਕੜ ਹੈ ਜਾਂ ਜਿਹਨੂੰ ਆਪਾਂ ਕਹਿੰਨਾ ਵੀ ਲੋਕਾਂ ਦੇ ਵਿੱਚ ਉਹ ਅਜੇ ਵੈਲਕਮ ਸਟੈਪ ਨਹੀਂ ਲਿਆ ਜਾ ਰਿਹਾ ਜਿਹੜਾ ਕਿ ਅਸੀਂ ਸਮਝਦੇ ਹਾਂ ਵੀ ਸਾਨੂੰ ਇੱਕ ਭਾਜਪਾ ਵਾਲਿਆਂ ਨੂੰ ਸਾਨੂੰ ਪੰਜਾਬ ਵਾਲਿਆਂ ਨੂੰ ਜੇ ਉਹਨਾਂ ਨੇ ਇੰਨੇ ਸਾਰੇ ਇਹ ਪਾਰਟੀਆਂ ਤੋਂ ਸਿੱਖ ਲੀਡਰਸ਼ਿਪ ਨਾਲ ਲੈ ਕੇ ਜੁੜੀ ਹੈ ਤੇ ਫਿਰ ਸਾਡਾ ਫਰਜ਼ ਬਣਦਾ ਵੀ ਅਸੀਂ ਪੰਜਾਬ ਦੇ ਜਿਹੜੇ ਮਸਲੇ ਨੇ ਚਾਹੇ ਉਹ ਬੰਦੀ ਸਿੰਘਾਂ ਦਾ ਮਸਲਾ ਹੈ ਚਾਹੇ ਉਹ ਪੰਜਾਬ ਦੀ ਕਿਸਾਨੀ ਤੇ ਕਰਜ਼ੇ ਦਾ ਕੰਮ ਹੈ ਜਾਂ ਐਮਐਸਪੀ ਦਾ ਕੰਮ ਹੈ ਇਹ ਸਾਨੂੰ ਮਸਲੇ ਜਿਹੜੇ ਨੇ ਸੈਂਟਰ ਕੋ ਮਨਾਣੇ ਪੈਣਗੇ ਔਰ ਜੇ ਸੈਂਟਰ ਇਸ ਸੀਜ਼ਲੀ ਮੋਦੀ ਸਾਹਿਬ ਇਸ ਸੀਜ਼ ਨੂੰ ਮੰਨ ਲੈਂਦੇ ਨੇ ਤੇ ਪੰਜਾਬ ਦੇ ਵਿੱਚ ਇੱਕ ਹੜ ਆ ਜੂ ਇੱਕ ਹਨੇਰੀ ਆ ਜੂਗੀ ਭਾਜਪਾ ਦੇ ਪ੍ਰਤੀ ਪਰ ਇਹ ਸਾਰਾ ਕੁਝ ਵੇਖਣ ਵਾਲਾ ਹੈ ਵੀ ਕੀ ਭਾਰਤੀ ਜਨਤਾ ਪਾਰਟੀ ਇਹ ਮਿੱਲੀ ਇਹ ਜਿਹੜੇ ਸਾਡੇ ਮਸਲੇ ਨੇ ਉਹਨਾਂ ਨੂੰ ਕਿੰਨੇ ਚੰਗੇ ਢੰਗ ਨਾਲ ਹੱਲ ਕਰ ਸਕਦੇ ਜੇ ਗੱਲ ਕਰਾਂ ਆਦਮਪੁਰ ਹਲਕੇ ਦੀ ਆਦਮਪੁਰ ਹਲਕਿਆਂ ਦੇ ਵਿੱਚ ਲੋਕਾਂ ਨੇ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਕਿ ਸਾਡੇ ਕੋਲ ਕੋਈ ਵੀ ਪਾਰਟੀ ਦੇ ਨੁਮਾਇੰਦੇ ਵੋਟ ਮੰਗਣਾਂ ਨਹੀਂ ਦੇਖੋ ਉਹਨਾਂ ਦਾ ਕੋਈ ਉਸ ਦਾ ਕੋਈ ਕਾਰਨ ਹੋਊਗਾ ਕੋਈ ਗੁੱਸੇ ਦਾ ਕੋਈ ਉਸ ਇਲਾਕੇ ਦੇ ਲੋਕ ਇਹ ਸਮਝਦੇ ਹੋਣਗੇ ਵੀ ਸਾਡਾ ਹਰ ਪਾਰਟੀ ਨੇ ਯਾਨੀ ਕਿ ਸਾਡੀਆਂ ਇੱਛਾਵਾਂ ਤੇ ਖਰੇ ਨਹੀਂ ਉਤਰੇ ਮੈਨੂੰ ਉਸ ਮਸਲੇ ਦਾ ਨਹੀਂ ਪਤਾ ਪਰ ਕੁਝ ਪਿੰਡਾਂ ਦਾ ਇਹ ਨਹੀਂ ਹੈ ਵੀ ਸਾਰੇ ਆਦਮਪੁਰ ਦੇ ਵੀ ਹੋ ਸਕਦਾ ਆਦਮਪੁਰ ਕਸਬੇ ਦੇ ਲੋਕਾਂ ਨੇ ਇਹ ਗੱਲ ਕੀਤੀ ਸੀ ਸਾਰੇ ਇਲਾਕੇ ਨੇ ਨਹੀਂ ਕੀਤੀ ਪਰ ਦੇਖੋ ਅਲਟੀਮੇਟਲੀ ਲੋਕਾਂ ਦਾ ਗੁੱਸਾ ਕਈ ਵਾਰ ਜਾਇਜ਼ ਵੀ ਹੁੰਦਾ ਹੈ ਉਸ ਉਹਨਾਂ ਗੁੱਸੇ ਨੂੰ ਉਹਨਾਂ ਦਾ ਜਾ ਕੇ ਬੈਲਾ ਉਹਨਾਂ ਨੂੰ ਵੋਟ ਲਈ ਰਿਕੁਐਸਟ ਕਰਨੀ ਇਹ ਹਰ ਪਾਰਟੀ ਦਾ ਫਰਜ਼ ਬੰਦਾ ਕਰਨਗੇ ਗੁੱਸੇ ਬਹੁਤ ਨੇ ਲੋਕਾਂ ਦੇ ਪੰਜਾਬ ਦਿਨੋ ਦਿਨ ਬਹੁਤ ਥੱਲੇ ਨੂੰ ਉਹਨਾਂ ਦਾ ਪੰਜਾਬ ਆਇਆ ਪੰਜਾਬ ਨੂੰ ਤਾਂ ਕਰਨ ਲਈ ਪੰਜਾਬ ਦੀ ਉਹ ਸ਼ਾਖ ਨੂੰ ਦੁਬਾਰਾ ਕਾਇਮ ਕਰਨ ਲਈ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪਾਰਟੀ ਦੀ ਸਰਕਾਰ ਬਣਨੀ ਬਹੁਤ ਜ਼ਰੂਰੀ ਹੈ ਅੱਜ ਸਵਰਗੀ ਚੌਦੀ ਸੰਤੋਖ ਸਿੰਘ ਦੀ ਧਰਮ ਪਤਨੀ ਕਾਗਜ਼ ਨੋਮੀਨੇਸ਼ਨ ਕਰਕੇ ਆਈ ਹੈ ਕਾਫੀ ਸੀਨੀਅਰ ਲੀਡਰ ਰਾਜਾ ਬੜਿੰਗ ਸਾਹਿਬ ਦਾ ਮੁੱਖ ਮੰਤਰੀ ਪਠੱਲ ਉਹ ਸੀਨੀਅਰ ਲੀਡਰਸ਼ਿਪ ਉਹਨਾਂ ਦੇ ਨਾਲ ਸੀਗੀ ਔਰ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਾਹਿਬ ਦਾ ਮੁੱਖ ਮੰਤਰੀ ਵੱਲੋਂ ਉੱਥੇ ਨਵਜੋਤ ਸਿੰਘ ਸਿੱਧੂ ਦਿਖਾਈ ਨਹੀਂ ਦਿੱਤੇ ਅੱਜ ਦੇਖੋ ਤੁਸੀਂ ਅੱਗੇ ਕੀ ਹੁੰਦਾ ਹੈ ਇਹਦੇ ਪਹਿਲੇ ਦਿਨ ਅੱਜ ਬਸ ਇਕੱਠੇ ਚੜ੍ਹ ਕੇ ਚੱਲੇ ਨੇ ਹੌਲੀ ਹੌਲੀ ਸਵਾਰੀਆਂ ਲੱਥ ਜਾਣੀਆਂ ਨੇ ਹੋਰੀ ਹੋਰੀ ਇਹਦੇ ਵਿੱਚ ਇੱਕ ਦੋ ਰਹਿ ਜਾਂਦੇ ਨੇ ਤੋਂ ਮੈਂ ਉਹ ਉਹਦਾ ਸਾਡਾ ਤਾਂ ਜ਼ਿੰਦਗੀ ਦਾ ਹੱਥਾ ਤੇ ਸਰੋ ਜਮਾਈ ਆ ਸੰਤ ਪਤਾ ਹੈ ਵੀ ਇਹ ਕੁਝ ਹੋਣਾ ਹੈ ਕਿਉਂਕਿ ਇੱਕ ਦੂਜੇ ਨੂੰ ਇਹ ਸੁਰ ਨਹੀਂ ਰਲਦੀ ਜਦੋਂ ਸੁਰ ਨਾਲ ਰਲਦੀ ਹੋਏ ਉਦੋਂ ਪਾਰਟੀ ਦਾ ਨਵਜੋਤ ਸਿੰਘ ਸਿੱਧੂ ਮਿਹਨਤ ਕਰ ਰਿਹਾ ਵੀ ਸਾਰਿਆਂ ਨੂੰ ਮੈਂ ਇਕੱਠੇ ਕਰਾਂ ਸਾਰਿਆਂ ਕੋਲ ਜਾ ਕੇ ਉਹ ਗੱਲ ਕਰਦੇ ਆ ਪਰ ਜਿੱਥੇ ਕਿਤੇ ਲੀਡਰਸ਼ਿਪ ਦੀ ਜਦੋਂ ਗੱਲ ਆ ਜਾਣੀ ਹੈ ਉੱਥੇ ਜਾ ਕੇ ਕਿਤੇ ਨਾ ਕਿਤੇ ਪੇਜ ਜਰੂਰ ਫਸ ਜਾਣਾ ਸੋ lettes see ਹਰ ਪਾਰਟੀ ਨੇ ਕੋਸ਼ਿਸ਼ ਕਰਨੀ ਹੈ ਵੀ ਅਸੀਂ ਇੱਕ ਜੁੜਤਾ ਦਾ ਲੋਕਾਂ ਨੂੰ ਪੈਗਾਮ ਦਈਏ ਇਕੱਠੇ ਚਲੀਏ ਤਾਂ ਕਿ ਲੋਕਾਂ ਨੂੰ ਕਹੀਏ ਵੀ ਦੇਖੋ ਜੀ ਅਸੀਂ ਇਕੱਠੇ ਆ ਭਾਰਤੀ ਜਨਤਾ ਪਾਰਟੀ ਹਮੇਸ਼ਾ ਇਕੱਠੀ ਰਹੀ ਹੈ ਔਰ ਕਦੇ ਵੀ ਇਥੇ ਟੜੇਬੰਦੀ ਨਹੀਂ ਹੈਗੀ ਇੱਕ ਮੋਟੇ ਸਿਰ ਜੋੜ ਕੇ ਅਸੀਂ ਪਾਰਟੀ ਲਈ ਕੰਮ ਕਰਨਾ ਸਾਡਾ ਇਕੋ ਹੀ ਮੰਨਦੀ ਇੱਕ ਇੱਛਾ ਹੈ ਬੀਜੇ ਭਾਰਤੀ ਜਨਤਾ ਪਾਰਟੀ ਵਿੱਚ ਇੰਨੇ ਲੋਕਾਂ ਨੂੰ ਉਹਨਾਂ ਨੇ ਲਿਆ ਹੈ ਔਰ ਸਾਨੂੰ ਵੀ ਇਸ ਗੱਲ ਦੀ ਪੂਰਨ ਯਕੀਨ ਹੈ ਵੀ ਨਰਿੰਦਰ ਮੋਦੀ ਜੀ ਦੀ ਜਿਹੜੀ ਆਉਣ ਵਾਲੀ ਸਰਕਾਰ ਹੈ ਉਹਦੇ ਵਿੱਚ ਜਿਹੜੀ ਕਿਸਾਨੀ ਦੇ ਮੁੱਦੇ ਨੇ ਜਿਹੜੇ ਪੰਜਾਬ ਦੇ ਲੋਕਾਂ ਪ੍ਰਤੀ ਹਮਦਰਦੀ ਤੇ ਪਿਆਰ ਹੈ ਇਹ ਰਸਤੇ ਖੁੱਲੇ ਨੇ ਜਦੋਂ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਇਹ ਬਾਕੀ ਜਿਹੜੀਆਂ ਪਾਰਟੀਆਂ ਆਪਸ ਵਿੱਚ ਇਕ ਕਰਦੇ ਫਿਰਦੇ ਨੇ ਇਹ ਵਕਤੀ ਤੌਰ ਤੇ ਹਾਂ ਗੱਲ ਕਰਾਂ ਚਾਹੇ ਭਾਜਪਾ ਹੋਵੇ ਅਕਾਲੀ ਹੋਣ ਆਮ ਆਦਮੀ ਪਾਰਟੀ ਹੋਵੇ ਕਾਂਗਰਸ ਹੋਵੇ ਹਰ ਪਾਰਟੀਆਂ ਦੇ ਨੁਮਾਇंदे ਆਪਣੀ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀਆਂ ਦੇ ਵਿੱਚ ਆ ਵੀ ਰਹੇ ਨੇ ਜਾ ਵੀ ਰਹੇ ਨੇ ਭਾਜਪਾ ਦੇ ਵਿੱਚ ਜਿਹੜੇ ਨੁਮਾਇंदे ਸ਼ਾਮਿਲ ਹੋ ਰਹੇ ਨੇ ਭਾਜਪਾ ਉਹਨਾਂ ਨੂੰ ਸੰਭਾਲਦੀ ਕਿਉਂ ਨਹੀਂ ਪਈ ਹੈ ਉਸ ਕੀ ਕਾਰਨ ਕਿ ਆ ਕਿ ਉਸੇ ਬੰਦੇ ਜਿਹੜਾ ਵਿਅਕਤੀ ਭਾਜਪਾ 'ਚ ਸ਼ਾਮਿਲ ਹੋ ਜਾਂਦਾ ਉਹਨੂੰ ਪਾਰਟੀ ਨੂੰ ਛੱਡ ਕੇ ਭਾਜਪਾ ਨੂੰ ਛੱਡ ਕੇ ਦੁਬਾਰਾ ਆਮ ਆਦਮੀ ਪਾਰਟੀ ਜੁਆਇਨ ਕਰਨੀ ਪੈ ਜਾਂਦੀ ਹੈ अच्छा फिर मेनू ये लोकल लेवल दी इस बारे नहीं ज्ञान क्योंकि लोकल लेवल दी किते पॉलिटिक्स ਦਾ ਹੋਇਆ ਹੋਗਾ 메జర్ ਦੇਖੋ ਬੇਸਿਕਲੀ ਕੀ ਹੈ ਕੋਈ ਵੀ ਪਾਰਟੀ ਹੋਵੇ ਜਦੋਂ ਬੰਦਾ ਕਿਸੇ ਪਾਰਟੀ ਚ ਜੁਆਇਨ ਕਰਦਾ ਹੈ ਤੇ ਉਹ ਜੇ ਉਹਦੀਆਂ ਕੁਝ ਜਿਹੜੀਆਂ ਚੰਦ ਮੰਦੀਆਂ ਚਾਹਾਂ ਹੁੰਦੀਆਂ ਨੇ ਤੇ ਉਸ ਤੇ ਬੰਦੇ ਨਾ ਪਾਰਟੀ ਨਾਲ ਖਰੇ ਉਤਰੇ ਤੇ ਹੋ ਸਕਦਾ ਕੋਈ ਬੰਦਾ ਵਾਪਸੀ ਜੇ ਕਰਦਾ ਹੈ ਜਾਂ ਕਿਸੇ ਹੋਰ ਵੱਲ ਗਿਆ ਮੈਂ ਉਹਦੀ ਸੋਚ ਸਮਝ ਨਾ ਆਈ ਉਹਦੀ ਸੋਚ ਬੜੀ ਕਿਉਂਕਿ ਆਮ ਫਿਊਚਰ ਜਿਹੜਾ ਪੰਜਾਬ ਦੇ ਵਿੱਚ ਮੈਂ ਇੱਕ ਪੋਲੀਟੀਕਲ ਫੈਮਿਲੀ ਨੂੰ ਬਿਲੋਂਗ ਕਰਦਾ ਤਾਂ ਮੈਂ ਇੱਕ ਪੋਲੀਟਿਕਸ ਦੀ ਫਿਊਚਰ ਦੀ ਮੈਂ ਸਮਝਦਾ ਵੀ ਨੈਸ਼ਨਲ ਪਾਰਟੀਆਂ ਦੇ ਵਿੱਚ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਇਹ ਹਮੇਸ਼ਾ ਆਪਸ ਵਿੱਚ ਕੰਪੀਟੀਸ਼ਨ ਤੇ ਰਹਿੰਦੇ ਨੇ ਔਰ ਭਾਰਤੀ ਜਨਤਾ ਪਾਰਟੀ ਜਿਸ ਕਦਰ ਨਰਿੰਦਰ ਭਾਈ ਮੋਦੀ ਜੀ ਦੀ ਜੇ ਜਿਹੜੀ ਸਰਕਾਰ ਜਾਂ ਉਹਨਾਂ ਦੇ ਕੰਮਾਂ ਨੂੰ ਵੇਖਦੇ ਹੋਇਆ ਆ ਜਿਹੜਾ 24 ਦੇ ਵਿੱਚ ਕੋਈ ਕੰਟੈਸਟ ਹੀ ਹੈ ਨਹੀਂ ਕਿਸੇ ਬੰਨੇ ਉਹਨਾਂ ਦੇ ਅੱਗੇ ਕੋਈ ਸਾਨੂੰ ਤਾਂ ਲੀਡਰ ਅੜਨ ਵਾਲਾ ਵੇਖਦਾ ਹੀ ਨਹੀਂ ਲੜਨ ਵਾਲਾ ਵੇਖਦਾ ਹੀ ਨਹੀਂ ਸੋ ਮੈਂ ਸਮਝਦਾ ਵੀ ਭਾਰਤੀ ਜਨਤਾ ਪਾਰਟੀ ਦੀ ਜਿਸ ਕਦਰ 올 ਇੰਡੀਆ ਲੈਵਲ ਤੇ ਤੇ ਲੋਕਾਂ ਦੇ ਵਿੱਚ ਐਕਸੈਪਟੇਬਿਲਟੀ ਹੈ ਉਹ ਐਕਸੈਪਟੇਬਿਲਟੀ ਪੰਜਾਬ 'ਚ ਵੀ ਆਏਗੀ ਬੀਜਪੀ ਦੇ ਸੀਨੀਅਰ ਲੀਡਰ ਜਿੰਨੇ ਵੀ ਹੈ ਉਹ ਕਹਿੰਦੇ ਬੀਜੇਪੀ ਸਾਫ ਸੁਥਰੀ ਪਾਰਟੀ ਹੈ ਕਰਪਸ਼ਨ ਬੰਦਿਆਂ ਜਿਹਦੇ ਬੰਦੇ ਕਰਪਸ਼ਨ ਦੇ ਨਾਲ ਲਿਪਟੇ ਹੁੰਦੇ ਉਹਨਾਂ ਨੂੰ ਪਾਰਟੀ ਦੇ ਵਿੱਚ ਨਹੀਂ ਰੱਖਦੀ ਹੈ ਪਿਛਲੇ ਦਿਨੀ ਇੰਦਰ ਇਕਬਾਲ ਸਿੰਘ ਦੂਜੀ ਪਾਰਟੀ ਨੂੰ ਛੱਡ ਕੇ ਬੀਜੇਪੀ ਜੁਆਇਨ ਕਰਦੀ ਹੈ ਕਰ ਲੈਂਦੇ ਆ ਉਸ ਤੋਂ ਬਾਅਦ ਬੀਜੇਪੀ ਉਹਨਾਂ ਨੂੰ ਟਿਕਰ ਦੇ ਦਿੰਦੀ ਹੈ ਉਹਨਾਂ ਦੇ ਨਾਲ ਪਰਸ਼ੋਤਮ ਸੌਂਧੀ ਉਹ ਵੀ ਬੀਜੇਪੀ ਜੁਆਇਨ ਕਰਦੇ ਆ ਜਿਨ੍ਹਾਂ ਕੋਲ 3 ਕਿਲੋ ਹਿਰੋਇਨ ਫੜੀ ਗਈ ਸੀ ਐਫ ਆਈ ਆਰ ਲਾਂਚ ਹੋਈ ਪਈ ਹੈ ਉਹਨਾਂ ਦੇ ਵੇਖੋ ਜਿਹੜਾ ਕੋਈ ਇਹ ਗੱਲ ਤੁਹਾਡੀ ਏ ਮੈਨੂੰ ਸਮਝ ਆਂਦੀ ਹੈ ਪਰ ਕਈ ਵਾਰ ਜਿਹੜੇ ਬੰਦਾ ਜਿਹੜਾ ਕੋਈ ਜੁਆਇਨ ਕਰਦਾ ਹੈ ਉਹ ਦੂਸਰੇ ਬਾਰੇ ਇਹ ਚੀਜ਼ ਦੀ ਇਲਮ ਨਹੀਂ ਦਿੰਦੇ ਜਾਂ ਕਿਦਾਂ ਤੇ ਉਹਦਾ ਨੁਕਸਾਨ ਤੇ ਪਾਰਟੀ ਦੀ ਡਸ ਨੂੰ ਲੱਗਦੀ ਹੈ ਪਰ ਇਸ ਦੇ ਉੱਤੇ ਸਾਰੀ ਦੁਨੀਆ ਨੂੰ ਪਤਾ ਹੈ ਵੀ ਭਾਰਤੀ ਜਨਤਾ ਪਾਰਟੀ ਕਰਪਟ ਡਰੱਗਸ ਵੇਚਣ ਵਾਲੇ ਜਾਂ ਜਿਹੜਾ ਕੋਈ ਗਲਤ ਕੰਮ ਪੇਸ਼ਾ ਕਰਦਾ ਹੋਏ ਉਸ ਤੋਂ ਕੋਸਾ ਦੂਰ ਰਹਿੰਦੀ ਹੈ ਜਿਹੜਾ ਕੋਈ ਗਲਤੀ ਨਾਲ ਜੇ ਆ ਵੀ ਗਿਆ ਹੋਏ ਤੇ ਪਾਰਟੀ ਨੇ ਉਹਨੂੰ ਆਪਣੀ ਪਾਰਟੀ ਚ ਭਾਰਤੀ ਜਨਤਾ ਪਾਰਟੀ ਕਦੀ ਵੀ ਇੰਦਾ ਮੈਂ ਸਮਝਦਾ ਡਰਗ ਡੀਲਰਸ ਜਾਂ ਇਹਨਾਂ ਨੂੰ ਕਦੀ ਐਕਸੈਪਟ ਨਹੀਂ ਕਰੇਗੀ ਪਾਰਟੀ ਦੀ ਆਈਡੀਓਲੋਜੀ ਨਹੀਂ ਐਕਸੈਪਟ ਕਰਦੀ ਪਾਰਟੀ ਦੀ ਲੀਡਰਸ਼ਿਪ ਤੇ 3 ਕਿਲੋ ਹੀਰੋਇਨ ਫੜੀ ਗਈ ਸੀ ਜੀ ਉਹਨਾਂ ਕੋ ਜੋ ਤੋਂ ਵੈਸਟ ਹਲਕੇ ਦੇ ਜਿਹੜੇ ਮੌਜੂਦਾ ਵਿਧਾਇਕ ਹੈ ਸ਼ੀਤ ਲੰਗੁਰਾਲ ਨੂੰ ਟਿਕਟ ਦਿੱਤੀ ਸੀ ਉਹ ਤਾਂ ਬੀਜੇਪੀ ਇਹ ਕਹਿ ਰਹੀ ਸੀ ਕਰਪਟ ਆਦਮੀ ਨੂੰ ਜਿਹਦੇ ਉੱਤੇ ਐਫਆਈਆਰ ਲਾਂਚ ਹੈ ਉਹਨੂੰ ਟਿਕਟ ਦਿੱਤੀ ਆਮ ਆਦਮੀ ਪਾਰਟੀ ਨੇ ਉਹਨੂੰ ਐਮਐਲਏ ਬਣਾਤਾ ਹੁਣ ਬੀਜੇਪੀ ਕਿੱਥੇ ਸਟੈਂਡ ਕਰ ਰਹੀ ਹੈ ਉਹਨੂੰ ਟਿਕਟ ਥੋੜਾ ਦਿੰਦੀ ਹੈ ਨਹੀਂ ਪਾਰਟੀ ਨੇ ਟਿਕਟ ਦਿੱਤੀ ਨਾ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਐਮਐਲਏ ਬਣ ਗਏ ਉਦੋਂ ਬੀਜੇਪੀ ਇਹ ਕਹਿ ਰਹੀ ਸੀ ਕਰਪਟ ਆਦਮੀ ਨੂੰ ਜਿਹਦੇ ਉੱਤੇ ਐਫਆਈਆਰ ਲਾਂਚ ਹੋਈਆਂ ਪਈਆਂ ਉਹਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੁਣ ਜਿਹਦੇ ਉੱਤੇ 3 ਕਿਲੋ ਤੇ ਹੀਰੋਇਨ ਦਾ ਪਰਚਾ ਉਹਨੂੰ ਬੀਜੇਪੀ ਨੇ ਆਪਣੇ ਚ ਪਾਰਟੀ ਜੁਆਇਨ ਕਰਵਾ ਲਿਆ ਦੱਸਿਆ ਵੀ ਤੁਸੀਂ ਇੱਕ ਲੀਡਰ ਹੋ ਤੁਸੀਂ ਜੁਆਇਨ ਕਰਦੇ ਹੋ ਤੁਹਾਡੇ ਪਿੱਛੇ 10 ਹੋਰ ਲੱਗਦੇ ਨੇ ਕਿ ਇਹਨੂੰ ਕੀ ਪਤਾ ਵੀ ਇਹ ਅਖੀਰ ਲੱਠਵੇਂ ਨੰਬਰ ਤੇ ਇਹ ਕਿਹੋ ਜਿਹਾ ਬੰਦਾ ਉਹਦੀ ਕਿਹੜੀ ਉਹਨਾਂ ਨੇ ਵੀ ਆਈਬੀ ਨੇ ਕੋਈ ਦੇਖ ਉਹਦੀ ਜਾਂਚ ਕੀਤੀ ਸੀ ਇੱਕ ਜੇ ਬੰਦਾ ਉਹ ਹੋਇਆ ਤੇ ਉਹਨੂੰ ਪਾਰਟੀ ਨੇ ਨਾਲ ਹੀ ਉਹਨਾਂ ਨੂੰ ਐਕਸੈਪਟ ਹੀ ਨਹੀਂ ਕੀਤਾ ਪਾਰਟੀ ਇਸ ਨੋਟ ਐਕਸੈਪਟਿੰਗ ਸੋੰਦੀ ਜਿਹੜਾ ਮਰਜ਼ੀ ਕੋਈ ਵੀ ਕਰਪਟ ਜਾਂ ਡਰੱਗ ਕੇਸ ਦੇ ਵਿੱਚ ਲਿਪਤ ਹੋਏਗਾ ਪਾਰਟੀ ਕਦੀ ਵੀ ਉਹਨੂੰ ਆਪਣੇ ਨੇੜੇ ਨਹੀਂ ਲਾਂਦੀ ਸਵਾਲ ਹੀ ਪਤਾ ਨਹੀਂ ਅਸੀਂ ਸਾਰੇ ਇਹੋ ਜਿਹੇ ਜਿਹੜੇ ਕਰਪਟ ਲੋਗ ਨੇ ਉਹ ਕਦਿਆਂ ਹੀ ਉਹਨਾਂ ਨੂੰ ਦੱਸੋ ਤੁਸੀਂ ਸਾਡੀ ਪਾਰਟੀ ਦੇ ਵਿੱਚ ਇੱਕ ਬੰਦਾ ਵੀ ਦੱਸੋ ਉਂਗਲ ਕਰਕੇ ਬਿਆਸ ਬੰਦੇ ਤੇ ਆ ਇਲਜ਼ਾਮ ਹੈ ਜਾਂ ਗੱਲ ਹੈ ਉਹ ਕੋਈ ਪਿੱਛੇ ਉਹ ਕੋਈ ਪੁੱਛਦੇ ਨਾਲ ਕੋਈ ਲਿਪਟਿਆ ਹੋਏ ਉਹ ਕੋਈ ਆ ਜਾਏ ਤੇ ਕਿਸ ਨੂੰ ਕੀ ਉਹਨੂੰ ਗਿਣਿਆ ਨਹੀਂ ਜਾਂਦਾ ਦੇਖੋ ਤੁਹਾਡੇ ਨਾਲ ਕੋਈ ਵਰਕਰ ਆ ਜਾਂਦਾ ਉਹ ਵਰਕਰ ਨੂੰ ਕਹੋ ਜੀ ਵੀ ਆਹ ਫਲਾਨੀ ਗੱਲ ਉਹਦਾ ਕੋਈ ਮੁੱਲ ਨਹੀਂ ਕਾਂਗਰਸ ਦੇ ਵਿੱਚ ਜਿਹੜੇ ਨੁਮਾਇੰਦੇ ਜਿਹੜੇ ਵਿਧਾਇਕ ਜਾਂ ਸਾਬਕਾ ਵਿਧਾਇਕ ਜਾਂ ਜਿਹੜੇ ਕਾਰਕਟਰ ਰੁੱਸੇ ਪਈ ਹੈ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਮਨਾ ਰਹੀ ਹੈ ਔਰ ਦੂਸਰੇ ਪਾਸੇ ਰਾਜਾ ਬੜਿੰਗ ਇਹ ਕਹਿ ਰਿਹਾ ਜਿਹੜੇ ਕਾਂਗਰਸ ਨੂੰ ਮਾੜੇ ਟਾਈਮ ਤੇ ਛੱਡਦੇ ਚਲੇ ਗਏ ਉਹਨਾਂ ਦੀ ਕਾਂਗਰਸ ਭਵਨ ਤੇ ਗद्दार ਦੀ ਫੋਟੋ ਲਗਾਈ ਜਾਊਗੀ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਰੀ ਤੇ ਉਹਨਾਂ ਦੀ ਇਹ ਪਾਰਟੀ ਦਾ ਆਪਣਾ ਮਸਲਾ ਹੈ ਆਪਸੋ ਮਰਾਸੀਆਂ ਵਾਂਗੂ ਡੁਗਡੁਗੀਆਂ ਵਜਾਉਂਦੇ ਰਹਿੰਦੇ ਨੇ ਜੋ ਉਹਨਾਂ ਦਾ ਮਨ ਕਰਦਾ ਕਰੀ ਤੇ ਬੀਜੇਪੀ ਕਿਸ ਕੈਂਡੀਡੇਟ ਨੂੰ ਆਪਣਾ ਮੁਕਾਬਲਾ ਮੰਨਦੀ ਹੈ ਕਿਸ ਬੰਦੇ ਨਾਲ ਆਪਣੀ ਟੱਕਰ ਮੰਨਦੀ ਹੈ ਬੀਜੇਪੀ ਜਿਹੜਾ ਮਰਜ਼ੀ ਪਾਰਟੀ ਹੈ ਇਹ ਬੀਜੇਪੀ ਨੇ ਆਪਣੀ ਸ਼ਾਨ ਨਾਲ ਜਿੱਤ ਕੇ ਜਾਣਾ ਪੰਜਾਬ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੀ ਸੋਚ ਨੂੰ ਵੋਟ ਪਾਣੀ ਹੈ ਨਰਿੰਦਰભાઈ ਮੋਦੀ ਜੀ ਦੀ ਤਰੱਕੀ ਦੇ ਰਾਹ ਤੇ ਡਬਲ ਇੰਜਨ ਦੀ ਸਰਕਾਰ ਨੂੰ ਵੋਟਾਂ ਪਾਣੀ ਹੈ ਉਹਨਾਂ ਇਹਨਾਂ ਕੋਕੀ ਲੈਣਾ ਜਿਹੜੇ ਡੁਗਡਗੀਆਂ ਵਿੱਚ ਜਾਂਦੇ ਨੇ ਡਰਾਮੇ ਕਰਦੇ ਫਿਰਦੇ ਇਹ ਸੀ ਫਤੇਜ ਜਮ ਸਿੰਘ ਬਾਜਬਾ ਮੀਤ ਪ੍ਰਧਾਨ ਪੰਜਾਬ ਜਿਨ੍ਹਾਂ ਨੇ ਦੱਸਿਆ ਕਿ ਜਨਤਾ ਇਸ ਵਾਰ ਡਬਲ ਇੰਜਨ ਦੀ ਸਰਕਾਰ ਜ਼ਰੂਰ ਬਣਾਏਗੀ ਕੈਮਰਾਮੈਨ ਦਮਦਮਾ ਦੇ ਨਾਲ ਵਿਨੇਸ਼ ਸ਼ਰਮਾ ਡੈਨਿਕ ਸੋਲਰ ਟੀਵੀ ਜਲੰਧਰ